ਕੈਂਪ ਲਾਉਣ ਜਾ ਰਹੇ ਹੋ 29 ਤਰੀਕ ਨੂੰ, ਕਿਸ ਤਰ੍ਹਾਂ ਦਾ ਕੈਂਪ ਹੈ, ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ? ਅੱਖਾਂ ਦਾ ਫ੍ਰੀ ਚੈੱਕਅਪ, ਫ੍ਰੀ ਲੈਂਸ ਓਪਰੇਸ਼ਨ, ਦਵਾਈ ਦੇ ਨਾਲ ਮਰੀਜ਼ਾਂ ਦੀ ਸਿਲੈਕਸ਼ਨ ਕਿਸ ਤਰ੍ਹਾਂ ਜਿਹੜੀ ਕੀਤੀ ਗਈ ਹੈ, ਕਿ ਉਸੇ ਦਿਨ ਆਉਣਗੇ ਮਰੀਜ਼ ਜਾਂ ਫਿਰ ਤੁਸੀਂ ਪਹਿਲਾਂ ਤੋਂ ਹੀ ਤੁਹਾਡੀ ਟੀਮ ਵੱਲੋਂ ਇੱਕ ਸਰਵੇ ਕਰਕੇ ਤਿਆਰ ਕਰ ਲਓ? ਉਦੋਂ ਪਤਾ ਲੱਗੂਗਾ ਆਪਾਂ, ਪਰ ਫਿਰ ਵੀ ਜੋ ਅਪੁਆਇੰਟਮੈਂਟ ਪਾਉਂਦੇ ਨੇ ਉਹਨੂੰ ਰਫ ਆਈਡੀਆ ਹੈਗਾ ਕਿ ਇੱਥੇ ਉਹਨਾਂ ਨੂੰ ਵੀ ਬਾਅਦ 12,000 ਤੋਂ ਵੱਧ ਹੋ ਕੇ ਆਉਗੀ ਦੋਨੇ 'ਚ। ਮੈਗਾ ਸੁਪਰ ਸਟਾਰ ਆ ਰਿਹਾ ਸ਼ਫਾ ਸ਼ੈਟੀ ਜੀ ਬੋਲੀਵੁੱਡ ਤੋਂ, ਤਾਂ ਉਹਨਾਂ ਨੂੰ ਵੀ ਇੱਦਾਂ ਪਹਿਲਾਂ 10 ਘੰਟੇ ਅੰਦਰ ਮੈਂ ਤਾਂ ਦੱਸਿਆ ਉਹਨਾਂ ਨੂੰ ਵੀ ਇੱਦਾਂ ਸੇਵਾ ਵਿੱਚ ਅਸੀਂ ਕਰ ਰਹੇ ਹਾਂ ਗਰੀਬਾਂ ਲਈ, ਤਾਂ ਉਹ ਵੀ ਇੱਕਦਮ ਹਾਂ ਕਰਕੇ ਮੈਂ ਜ਼ਰੂਰ ਅੰਦਰ ਆ ਟਾਈਮ ਕਿਹਾ ਸੀ ਆ ਕੇ ਤੁਸੀਂ ਕਰਿਓ, ਉਹ ਕਹਿੰਦੀ ਮੈਂ ਜ਼ਰੂਰ ਪਹੁੰਚੂਗਾ। ਸੰਗਰੂਰ ਦੇ ਧੂਰੀ 'ਚ ਇੱਕ ਵੱਡਾ ਮੈਗਾ ਆਈਸ ਕੈਂਪ ਲੱਗਣ ਜਾ ਰਿਹਾ, ਜਿਸ ਦੀ ਅਗਵਾਈ ਜਿਹੜੇ ਸਮਾਜ ਸੇਵੀ ਅਤੇ NRI ਜਿਹੜੇ ਸੁਰਿੰਦਰ ਨਿੱਜਰ ਜੀ ਕਰ ਰਹੇ ਨੇ। ਸੁਰਿੰਦਰ ਜੀ, ਕਿਸ ਤਰ੍ਹਾਂ ਦਾ ਜਿਹੜਾ ਇਹ ਜਿਹੜਾ ਕੈਂਪ ਹੈ ਤੁਹਾਡਾ, ਜਿਹੜਾ 29 ਤਰੀਕ ਤੁਸੀਂ ਲਾਉਣ ਜਾ ਰਹੇ ਹੋ ਜੀ? ਹਾਂਜੀ, ਜਿਹੜਾ ਕੈਂਪ ਲਾਉਣ ਜਾ ਰਹੇ ਹੋ 29 ਤਰੀਕ ਨੂੰ, ਕਿਸ ਤਰ੍ਹਾਂ ਦਾ ਕੈਂਪ ਹੈ, ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾਣ? ਜਿੱਦਾਂ ਆਪਾਂ ਅੰਦਰ ਦੱਸਿਆ ਤੁਹਾਨੂੰ ਨਾ, ਅੱਖਾਂ ਦਾ ਫ੍ਰੀ ਚੈੱਕਅਪ, ਫ੍ਰੀ ਲੈਂਸ ਓਪਰੇਸ਼ਨ, ਦਵਾਈ ਅਤੇ ਨਾਲ ਐਨਕ ਵੀ ਆਪਾਂ ਦੇਵਾਂਗੇ, ਉਸ ਅਤੇ ਨਾਲ ਟ੍ਰਾਈਸਾਈਕਲਸ, ਵੀਲ ਚੇਅਰਸ ਐਂਡ ਸਿਲਾਈ ਮਸ਼ੀਨ ਵੀ। ਓਬਵੀਅਸਲੀ ਜਿਹੜਾ ਸਰਵੇ ਆਪਣੇ ਕਰ ਲਿਆ ਸਾਰੇ, ਜੋ ਲੋੜ ਪਾਉਂਦੇ ਆ ਉਹਨਾਂ ਨੂੰ ਕਾਰਡ ਦਿੱਤੇ ਗਏ ਆ, ਨੰਬਰ ਲਿਖੋ ਉਹਨਾਂ ਉੱਤੇ, ਜਦੋਂ ਆਓਗੇ ਉਹ ਦੋਗੇ ਕਰ ਦੋ ਨਾਲ ਸਭ ਮਿਲੇਗਾ। ਮਿੱਤਰ ਜੀ, ਕਾਫੀ ਵੱਡਾ ਜਿਹੜਾ ਇਹ ਤੁਸੀਂ ਕੈਂਪ ਆਯੋਜਨ ਕਰ ਰਹੇ ਹੋਗੇ, ਇਸ ਲਈ ਮਰੀਜ਼ਾਂ ਦੀ ਸਿਲੈਕਸ਼ਨ ਕਿਸ ਤਰ੍ਹਾਂ ਜਿਹੜੀ ਕੀਤੀ ਗਈ ਹੈ, ਕਿ ਉਸੇ ਦਿਨ ਆਉਣਗੇ ਮਰੀਜ਼ ਜਾਂ ਫਿਰ ਤੁਸੀਂ ਪਹਿਲਾਂ ਤੋਂ ਹੀ ਤੁਹਾਡੀ ਟੀਮ ਵੱਲੋਂ ਇੱਕ ਸਰਵੇ ਕਰਕੇ ਤਿਆਰ ਕਰ ਲਿਆ ਗਿਆ? ਹਾਂਜੀ, ਅੱਖਾਂ ਦਾ ਚਲੋ ਓਬਵੀਅਸਲੀ ਉਦੋਂ ਪਤਾ ਲੱਗੂਗਾ ਆਪਾਂ ਨੂੰ, ਪਰ ਫਿਰ ਵੀ ਜੋ ਅਪੁਆਇੰਟਮੈਂਟ ਕਮਦੇ ਨੇ ਉਹਨੂੰ ਰਫ ਆਈਡੀਆ ਹੈਗਾ ਬੈਠੋ ਨਾ ਟੂ ਵੀ ਬਾਅਦ 12,000 ਤੋਂ ਬਾਅਦ ਲੋਕ ਕੇ ਆਓਗੇ ਦੋਨੇ ਇੱਥੇ। ਪਹਿਲਾਂ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਡੇ ਕੈਂਪ ਚੱਲ ਰਹੇ ਨੇ ਜਾਂ ਕਿ ਕੈਂਪ ਜਿਹੜਾ ਇਹ ਕੈਂਪ? ਹਾਂਜੀ, 12ਵਾਂ ਕੈਂਪ ਹੈ ਜੀ, ਪਹਿਲਾਂ ਲਾਗ ਸਨੌਰ ਵੀ, ਘਨੌਰ ਵੀ, ਸਾਰੇ ਅਨੰਦਪੁਰ ਸਾਹਿਬ ਵੀ, ਹੋਰ ਵੀ ਕਾਫੀ ਲੱਗ ਗਿਆ, ਪਰ ਆਹ ਸਾਰੇ ਤੋਂ ਵੱਡਾ ਲੱਗਦਾ ਕਿਉਂਕਿ ਮੈਗਾ ਸੁਪਰ ਸਟਾਰ ਆ ਰਿਹਾ ਸ਼ਫਾ ਸ਼ੈਟੀ ਜੀ ਬੋਲੀਵੁੱਡ ਤੋਂ, ਤਾਂ ਉਹਨਾਂ ਨੂੰ ਵੀ ਇੱਦਾਂ ਜਦੋਂ ਪਹਿਲਾਂ 10 ਘੰਟੇ ਅੰਦਰ ਮੈਂ ਤਾਂ ਦੱਸਿਆ ਉਹਨਾਂ ਨੂੰ ਵੀ ਇੱਦਾਂ ਸੇਵਾ ਵਿੱਚ ਅਸੀਂ ਕਰ ਰਹੇ ਹਾਂ ਗਰੀਬਾਂ ਲਈ, ਤਾਂ ਉਹ ਵੀ ਇੱਕਦਮ ਹਾਂ ਕਰਤੀ ਮੈਂ ਜ਼ਰੂਰ ਅੰਦਰ ਆ ਟਾਈਮ ਕਿਹਾ ਸੀ ਆ ਕੇ ਤੁਸੀਂ ਕਰਿਓ, ਉਹ ਕਹਿੰਦੀ ਮੈਂ ਜ਼ਰੂਰ ਪਹੁੰਚੂਗੀ, ਵਿਚ ਇਜ਼ ਬਿਗ ਥਿੰਗ ਪੰਜਾਬ ਲਈ ਉਹਨਾਂ ਨੇ ਆਉਣ ਲਈ, ਤਾਂ ਅੱਗੇ ਵੀ ਮੈਂ ਸ਼ੋਅ ਰਿਹਾ ਪੰਜਾਬੀ ਆਪਣੇ ਉਹਨਾਂ ਦੀ ਦੁਨੀਆ ਵਿੱਚ ਬਹੁਤ ਰਿਸਪੈਕਟ ਕਰਦੇ ਹੋਗੇ, ਪਰ ਆਹ ਜਿਹੜੇ ਆ ਰਹੇ ਹੈ ਨਾ ਗਰੀਬਾਂ ਲਈ ਸਪੈਸ਼ਲੀ, ਇਹ ਬਹੁਤ ਜ਼ਰੂਰੀ ਰਿਸਪੈਕਟ ਹੁਣ ਉਹਨਾਂ ਦੀ ਵਧੂਗੀ ਆਪਣੇ ਪੰਜਾਬ ਦੇ ਵਿੱਚ, ਸਾਰੀ ਦੁਨੀਆ ਮੈਂ ਆਪਣੇ ਪੰਜਾਬੀ ਕਰੂਗੇ। ਫੁੱਟਬਾਲ ਦਾ ਖਿਲਾੜੀ ਵੀ ਫੋਰਨ ਤੋਂ ਆ ਰਹੇ? ਹਾਂਜੀ, ਦੱਸਿਆ ਡਵਾਈਟ ਯੋਰਕ ਮੈਨਚੈਸਟਰ ਯੂਨਾਈਟਡ ਲਈ ਖੇਡਦੇ ਰਿਹਾ, ਬਹੁਤ ਵੱਡਾ ਮੈਗਾ ਸਟਾਰ ਹੈ, ਵੱਡਾ ਪਲੇਅਰ ਆ, ਤਾਂ ਉਹ ਵੀ ਮੇਰੇ ਯਾਰ ਦੋਸਤ, ਉਹ ਵੀ ਪਹੁੰਚ ਰਹੇ ਆ। ਹਾਂਜੀ, ਤਾਂ ਇੱਕ ਜਿੱਦਾਂ ਦੱਸਿਆ ਮੈਂ ਕਿੱਕ ਬੋਕਸਿੰਗ ਚੈਂਪੀਅਨ ਆ, ਯੂਰਪ ਦਾ ਸਾਰੇ ਤਾਂ ਰਹਿੰਦੇ ਕਲੈਂਟ ਮੇਰੇ ਮਿੱਤਰ ਆ, ਤਾਂ ਉਹ ਵੀ ਆ ਰਹੇ ਆ, ਤਾਂ ਇੱਕ ਸੁਲਤਾਨ ਆ ਦੁਬਈ ਤੋਂ, ਉਹ ਵੀ ਦੱਸਿਆ ਨਹੀਂ ਪਹਿਲਾਂ ਚੇਤਾ ਹੋ ਗਿਆ, ਤਾਂ ਉਹ ਵੀ ਕਾਫੀ ਹਾਈ ਆ ਪਿਆ ਲੱਗ ਸ਼ਾਇਕ, ਉਹ ਵੀ ਪਹੁੰਚ ਰਹੇ ਆ। ਹਾਂਜੀ ਬਿਲਕੁਲ, ਇਹ ਸਨ ਸੁਰਿੰਦਰ ਸਿੰਘ ਨਿੱਜਰ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਵੱਡਾ ਇੱਕ ਜਿਹੜਾ ਮੈਗਾ ਆਈਜ਼ ਜਿਹੜਾ ਕੈਂਪ ਆ ਜਿਹੜਾ ਇਸ ਸਮੇਂ ਲੱਗ ਰਿਹਾ, ਜਿਹਦੇ ਵਿੱਚ ਬਾਲੀਵੁੱਡ ਤੋਂ ਜਿਹੜੀ ਅਭਿਨੇਤਰੀ ਹੈ ਸ਼ਿਲਪਾ ਸੈੱਟੀ ਨੇ ਜਿਹੜੇ ਖਾਸ ਤੌਰ 'ਤੇ ਸਮਾਗਮ ਦੇ ਵਿੱਚ ਜਿਹੜੇ ਪਹੁੰਚਣਗੇ, ਅਤੇ ਨਾਲ ਹੀ ਫੁੱਟਬਾਲ ਦੇ ਜਿਹੜੇ ਇੰਟਰਨੈਸ਼ਨਲ ਖਿਲਾੜੀ ਨੇ ਜਿਹੜੇ ਉਹ ਵੀ ਇੱਥੇ ਪਹੁੰਚਣਗੇ। ਇਸ ਦੇ ਵਿੱਚ ਤਕਰੀਬਨ 15,000 ਮਰੀਜ਼ਾਂ ਦਾ ਜਿਹੜਾ ਇਲਾਜ ਆ ਜਿਹੜਾ ਉਹ ਇੱਥੇ ਹੋਏਗਾ। ਪਹਿਲਾਂ ਸਰਵੇ ਜਿਹੜਾ ਉਹ ਕਰ ਲਿਆ ਗਿਆ ਹੈਗਾ, ਸਰਵੇ ਕਰਕੇ ਜਿਹੜਾ ਉਹ ਮਰੀਜ਼ ਨੇ ਜਿਹੜੇ ਆਈਡੈਂਟੀਫਾਈ ਕੀਤੇ ਗਏ ਨੇ, ਪਰ ਲੇਕਿਨ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਨੇ ਉਹ ਮੌਕੇ ਦੇ ਉੱਪਰ ਜਦੋਂ ਇੱਥੇ ਕੈਂਪ ਦੇ ਵਿੱਚ ਆਉਣਗੇ ਤਾਂ ਉਸੇ ਜਗ੍ਹਾ ਦੇ ਉੱਪਰ ਉਹਨਾਂ ਦੀਆਂ ਐਨਕਾਂ ਜਾਂ ਫਿਰ ਲੈਂਜ ਜਿਹੜੇ ਜਾਂ ਆਪਰੇਸ਼ਨ ਜਿਹੜੇ ਉਹ ਕੀਤੇ ਜਾਣਗੇ। ਪੰਜਾਬ ਦਾ ਇੱਕ ਵੱਡਾ ਜਿਹੜਾ ਮੈਗਾ ਆਈਸ ਕੈਂਪ ਆ ਜਿਹੜਾ ਉਹ 29 ਜੁਲਾਈ ਨੂੰ ਸੰਗਰੂਰ ਦੇ ਧੂਰੀ ਦੇ ਵਿੱਚ ਜਿਹੜਾ ਉਹ ਲੱਗਣ ਜਾ ਰਿਹਾ ਹੈਗਾ। ਵਿੱਕੀ ਭੁੱਲਰ, ਡੇਲੀ ਪੋਸਟ, ਪੰਜਾਬ ਹਰਿਆਣਾ ਹਿਮਾਚਲ, ਸੰਗਰੂਰ।